ਮੁੰਬਈ ਦੇ ਪੀਵੀਆਰ ਆਈਕਨ ਦੇ ਵਿੱਚ ਮਿਆਮੀ ਫਿਲਮ ਫੈਸਟੀਵਲ ਦੀ ਸ਼ਾਰਟ ਫਿਲਮ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ ਅਤੇ ਇਸ ਮੌਕੇ ਤੇ ਬਾਲੀਵੁੱਡ ਸੈਲੀਬ੍ਰਿਟੀਜ਼ ਇਸ ਫਿਲਮ ਨੂੰ ਦੇਖਣ ਲਈ ਪਹੁੰਚੇ। ਸਾਰਿਆਂ ਨੇ ਇਸ ਮਿਆਮੀ ਫੈਸਟੀਵਲ ਅਤੇ ਆਪਣੀ ਫਿਲਮ ਦੇ ਬਾਰੇ ਦੇ ਵਿੱਚ ਗੱਲਾਂ ਕੀਤੀਆਂ। ਵਿੰਤਾ ਨੰਦਾ ਨੇ ਅਭਿਨੇਤਾ ਅਲੋਕ ਨਾਥ ਦੇ ਉੱਪਰ ਆਰੋਪ ਲਗਾਇਆ ਸੀ ਹੈਸ਼ਟੈਗ ਮੀ ਟੂ ਕੈਂਪੇਨ ਤੋਂ ਪ੍ਰੇਰਿਤ ਹੋ ਕੇ ਅਤੇ ਇਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਦੇ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਪਹੁੰਚੀ। ਆਯੂਸ਼ ਸ਼ਰਮਾ ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆਏ। ਉਹਨਾਂ ਨੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਇਸ ਜਨਮ ਦਿਨ ਨੂੰ ਮਨਾਇਆ। ਮੁੰਬਈ ਦੇ ਵਿੱਚ ਦ ਵੈਡਿੰਗ ਜੰਕਸ਼ਨ ਦਾ ਫੈਸ਼ਨ ਸ਼ੋਅ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਕਈ ਸੈਲੀਬ੍ਰਿਟੀਜ਼ ਨਜ਼ਰ ਆਏ ਜਿਨ੍ਹਾਂ ਨੇ ਅਲੱਗ ਅਲੱਗ ਡਿਜ਼ਾਈਨਰਸ ਦੇ ਨਾਲ ਰੈਂਪ ਵਾਕ ਕੀਤਾ। ਆਰਕੀਟੈਕਚਰਲ ਡਿਜ਼ਾਈਨਰ ਸ਼ੋਅ ਦਾ ਐਗਜ਼ੀਬਿਸ਼ਨ ਦੇਖਣ ਨੂੰ ਮਿਲਿਆ ਜਿੱਥੇ ਐਗਜ਼ੀਬਿਸ਼ਨ ਸਟਾਲ ਦੇ ਵਿੱਚ ਸੈਲੀਬ੍ਰਿਟੀਜ਼ ਵੀ ਆਪਣਾ ਸਟਾਲ ਲਗਾਏ ਹੋਏ ਨਜ਼ਰ ਆਏ ਜਿਵੇਂ ਕਿ ਗੌਰੀ ਖਾਨ ਅਤੇ ਸੁਜ਼ੈਨ ਖਾਨ। ਮੁੰਬਈ ਦੇ ਵਿੱਚ ਮੈਜਿਕ ਬੱਸ ਦਾ ਆਕਸ਼ਨ ਦੇਖਣ ਨੂੰ ਮਿਲਿਆ ਅਤੇ ਇਸ ਆਕਸ਼ਨ ਤੋਂ ਜੋ ਵੀ ਪੈਸਾ ਇਕੱਠਾ ਹੋਵੇਗਾ ਜਿਹੜੇ ਬੱਚੇ ਸਲਮ ਏਰੀਆ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਇਸ ਦਾ ਪੈਸਾ ਦਿੱਤਾ ਜਾਵੇਗਾ।